ਪੰਜਾਬ ਦੇ ਵਿੱਚ ਚੋਰੀ ਦੀਆਂ ਕਿੱਟਾਂ ਵੱਲ ਲਗਾਤਾਰ ਵਧੀਆਂ ਜਾ ਰਹੀਆਂ ਨੇ। ਚੋਰਾਂ ਦੇ ਹੌਸਲੇ ਇਸ ਕਦਰ ਬੁਲੰਦ ਹੋ ਚੁੱਕੇ ਨੇ ਕਿ ਉਹਨਾਂ ਨੂੰ ਪ੍ਰਸ਼ਾਸਨ ਦਾ ਪੁਲਿਸ ਦਾ ਜ਼ਰਾ ਵੀ ਖੌਫ ਨਾ ਰਿਹਾ ਅਤੇ ਬੇਖੌਫ ਹੋ ਕੇ ਚੋਰੀ ਦੀਆਂ ਕਿੱਟਾਵਾਂ ਨੂੰ ਅੰਜਾਮ ਦੇ ਰਹੇ ਨੇ। ਇੰਨਾ ਹੀ ਨਹੀਂ, ਹੁਣ ਤਾਂ ਚਿੱਟੇ ਦਿਨ ਵੀ ਅਜਿਹੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਲੱਗੇ ਨੇ। ਪੰਜਾਬ ਦੇ ਵੱਖ ਵੱਖ ਥਾਵਾਂ ਤੋਂ ਨਿੱਤ ਦਿਨ ਅਜਿਹੀਆਂ ਖਬਰਾਂ ਸਾਹਮਣੇ ਆਉਂਦੀਆਂ ਨੇ ਕਿ ਜਦੋਂ ਚੋਰਾਂ ਦੇ ਵੱਲੋਂ ਕਿਤੇ ਵੱਡੀ ਦੁਕਾਨ 'ਤੇ ਜਾਂ ਫਿਰ ਵੱਡੀ ਚੀਜ਼ 'ਤੇ ਹੱਥ ਸਾਫ ਕੀਤਾ ਜਾਂਦਾ, ਤਾਂ ਅਜਿਹਾ ਇੱਕ ਮਾਮਲਾ ਅੰਮ੍ਰਿਤਸਰ ਤੋਂ ਸਾਹਮਣੇ ਆਇਆ ਜਿੱਥੇ ਅੰਮ੍ਰਿਤਸਰ ਦੇ ਵਿੱਚ ਸ਼ਰੇਆਮ ਚੋਰਾਂ ਦੇ ਵੱਲੋਂ ਮੋਟਰਸਾਈਕਲ ਚੋਰੀ ਕੀਤੇ ਜਾ ਰਹੇ ਨੇ। ਇਹਨਾਂ ਚੋਰਾਂ ਨੂੰ ਕੋਈ ਵੀ ਸੀਸੀਟੀਵੀ ਦਾ ਡਰ ਨਹੀਂ ਹੈ ਅਤੇ ਬੇਖੌਫ ਹੋ ਕੇ ਅਜਿਹੀਆਂ ਚੋਰੀਆਂ ਕਰ ਰਹੇ ਨੇ। ਸੀਸੀਟੀਵੀ ਤਸਵੀਰਾਂ 'ਚ ਸਾਫ਼ ਦੇਖਿਆ ਜਾ ਸਕਦਾ ਕਿਸ ਤਰ੍ਹਾਂ ਇਹਨਾਂ ਲੋਕਾਂ ਦੇ ਵੱਲੋਂ ਜੋ ਹੈ ਮੋਟਰਸਾਈਕਲ ਚੋਰੀ ਕੀਤੇ ਜਾ ਰਹੇ ਨੇ। ਇੰਨਾ ਹੀ ਨਹੀਂ, ਕਈਆਂ ਦੇ ਵੱਲੋਂ ਤਾਂ ਮੂੰਹ ਵੀ ਨਹੀਂ ਲੁਕੋਇਆ ਗਿਆ ਅਤੇ ਸ਼ਰੇਆਮ ਜਿਹੜਾ ਮੋਟਰਸਾਈਕਲ ਸਕੂਟੀਆਂ ਜਾਂ ਫਿਰ ਹੋਰ ਵਾਹਨ ਚੋਰੀ ਕੀਤੇ ਜਾ ਰਹੇ ਨੇ। ਸੀਸੀਟੀਵੀ ਤਸਵੀਰਾਂ 'ਚ ਕੈਦ ਹੋਏ ਚੋਰ ਤੁਸੀਂ ਧਿਆਨ ਨਾਲ ਵੇਖੋ। ਜੇਕਰ ਤੁਹਾਨੂੰ ਵੀ ਚੋਰ ਕਿਤੇ ਦਿਖਦੇ ਨੇ ਤਾਂ ਜ਼ਰੂਰ ਪੁਲਿਸ ਨੂੰ ਸੂਚਿਤ ਕਰੋ, ਕਿਉਂਕਿ ਇਹਨਾਂ ਦੇ ਵੱਲੋਂ ਨਿਤ ਦਿਨ ਅਜਿਹੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ ਅਤੇ ਲੋਕ ਵੀ ਹੁਣ ਅੱਕ ਚੁੱਕੇ ਨੇ। ਦਰਅਸਲ ਇਹ ਪੂਰਾ ਮਾਮਲਾ ਅੰਮ੍ਰਿਤਸਰ ਦੇ ਤਰਨ ਤਾਰਨ ਰੋਡ ਦਾ ਦੱਸਿਆ ਜਾ ਰਿਹਾ, ਜਿੱਥੇ ਇਹਨਾਂ ਚੋਰਾਂ ਦੇ ਵੱਲੋਂ ਮੋਟਰਸਾਈਕਲ ਸਕੂਟੀਆਂ ਚੋਰੀ ਕੀਤੇ ਗਏ ਨੇ। ਤਰਨ ਤਾਰਨ ਰੋਡ 'ਤੇ ਇੱਕ ਦਿਨ ਵਿੱਚ ਕਈ ਮੋਟਰਸਾਈਕਲ ਚੋਰੀ ਹੁੰਦੇ ਨੇ, ਜਿਹਦੇ ਨਾਲ ਇਲਾਕਾ ਨਿਵਾਸੀ ਵੀ ਕਾਫ਼ੀ ਪਰੇਸ਼ਾਨ ਦਿਖਾਈ ਦੇ ਰਹੇ ਨੇ। ਇਲਾਕਾ ਨਿਵਾਸੀਆਂ ਦੇ ਵੱਲੋਂ ਦੱਸਿਆ ਗਿਆ ਕਿ ਘਰ ਦੇ ਬਾਹਰ ਲੱਗੇ ਮੋਟਰਸਾਈਕਲ ਸ਼ਰੇਆਮ ਚੋਰ ਚੋਰੀਆਂ ਕਰਕੇ ਲੈ ਜਾਂਦੇ ਨੇ ਅਤੇ ਕਿਸੇ ਨੂੰ ਵੀ ਕੋਈ ਸੀਸੀਟੀਵੀ ਦਾ ਡਰ ਨਹੀਂ ਹੈ। ਪੁਲਿਸ ਪ੍ਰਸ਼ਾਸਨ ਦੇ ਕੋਲ ਇਨਸਾਫ਼ ਦੀ ਮੰਗ ਕੀਤੀ ਗਈ ਤਾਂ ਪਰਿਵਾਰਕ ਮੈਂਬਰਾਂ ਦੇ ਵੱਲੋਂ ਤਾਂ ਲਗਾਤਾਰ ਪੁਲਿਸ ਨੂੰ ਵੀ ਘਟਨਾਵਾਂ ਦੇ ਬਾਰੇ ਸੂਚਿਤ ਕੀਤਾ ਜਾ ਰਿਹਾ, ਪਰ ਕੋਈ ਵੀ ਚੋਰ ਫਿਲਹਾਲ ਪੁਲਿਸ ਦੇ ਹੱਥ ਨਹੀਂ ਲੱਗਿਆ। ਤਾਂ ਇਹ ਤਸਵੀਰਾਂ ਤੁਹਾਨੂੰ ਵੀ ਪਰੇਸ਼ਾਨ ਹੈਰਾਨ ਕਰ ਦੇਣਗੀਆਂ ਕਿ ਆਖਿਰ ਪੰਜਾਬ ਦੇ ਵਿੱਚ ਕਿਸ ਤਰ੍ਹਾਂ ਦਾ ਮਾਹੌਲ ਬਣ ਰਿਹਾ। ਇੱਕ ਪਾਸੇ ਸਰਕਾਰਾਂ ਕਹਿ ਰਹੀਆਂ ਨੇ ਕਿ ਅਸੀਂ ਪੰਜਾਬ ਨੂੰ ਵਧੀਆ ਬਣਾਉਣਾ, ਸਰਕਾਰ ਕਹਿ ਰਹੀ ਅਸੀਂ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣਾ ਅਤੇ ਸ਼ਾਰਕ ਕੈਂਸਰ ਪੰਜਾਬ ਦੇ ਵਿੱਚੋਂ ਬਿਲਕੁਲ ਸਾਫ਼ ਕਰ ਦੇਣੇ ਨੇ। ਪਰ ਜਦੋਂ ਅਜਿਹੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਤਾਂ ਕਿਤੇ ਨਾ ਕਿਤੇ ਸਵਾਲ ਇਹਨਾਂ ਦਾਅਵਿਆਂ 'ਤੇ, ਪੰਜਾਬ ਸਰਕਾਰ ਦੇ ਦਾਅਵਿਆਂ 'ਤੇ ਵੀ ਸਵਾਲ ਉੱਠਦੇ ਨੇ, ਕਿਉਂਕਿ ਨਿਤ ਦਿਨ ਅਜਿਹੀਆਂ ਵਾਰਦਾਤਾਂ ਹੋ ਰਹੀਆਂ ਨੇ। ਨਿਤ ਦਿਨ ਚਿੱਟੇ ਦਿਨ ਘਰਾਂ ਦੇ ਵਿੱਚ ਡਾਕੇ ਪੈ ਰਹੇ ਨੇ, ਕਦੇ ਬੈਂਕ ਲੁੱਟੇ ਜਾ ਰਹੇ ਨੇ ਅਤੇ ਕਦੇ ਰਸਤੇ ਵਿੱਚ ਘੇਰ ਕੇ ਹੀ ਲੁੱਟ ਲਿਆ ਜਾਂਦਾ। ਤਾਂ ਇਹ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਕਿਸ ਤਰ੍ਹਾਂ ਮੋਟਰਸਾਈਕਲ ਚੋਰੀ ਕਰ ਰਹੇ ਨੇ। ਇੱਕ ਦੇ ਹੱਥ ਵਿੱਚ ਸਕੂਟੀ ਵੀ ਹੈ ਅਤੇ ਇੱਕ ਦੇ ਮੋਟਰਸਾਈਕਲ ਹੈ ਅਤੇ ਉਹਨਾਂ ਨੂੰ ਸੀਸੀਟੀਵੀ ਕੈਮਰਿਆਂ ਦਾ ਵੀ ਕੋਈ ਖੌਫ ਨਹੀਂ ਹੈ ਕਿ ਸਾਨੂੰ ਕੋਈ ਦੇਖ ਰਿਹਾ ਕਿ ਅਸੀਂ ਇਸ ਘਟੀਆ ਕਰਤੂਤ ਨੂੰ ਕਰ ਰਹੇ ਹਾਂ। ਤਾਂ ਇਹ ਤਸਵੀਰਾਂ ਸਾਫ਼ ਦੇਖ ਸਕਦੇ ਹੋ।